ਬੀਤੇ ਕੁਝ ਦਿਨ ਪਹਿਲਾਂ ਇੱਕ ਨੌਜਵਾਨ ਲੜਕੀ ਦੁਬਈ ਤੋਂ ਭਾਰਤ ਆਈ ਸੀ ਅਤੇ ਦਿੱਲੀ ਏਅਰਪੋਰਟ ਤੋਂ ਭੱਜ ਗਈ ਸੀ ਕਿਉਂਕਿ ਲੜਕੀ ਤਰਨ ਤਾਰਨ ਦੀ ਰਹਿਣ ਵਾਲੀ ਸੀ। ਇਸ ਕਾਰਨ ਇਸ ਦੀ ਇਤਲਾਹ ਤਰਨ ਤਾਰਨ ਦੀ ਪੁਲਿਸ ਨੂੰ ਵੀ ਦਿੱਤੀ ਗਈ। ਤਰਨ ਤਾਰਨ ਪੁਲਿਸ ਵਿਭਾਗ ਨੇ ਸੂਚਨਾ ਮਿਲਦੇ ਸਾਰੀ ਤਰਨ ਤਾਰਨ ਬਾਈਪਾਸ ਚੌਂਕ ਕੋਲੋਂ ਲੜਕੀ ਪਹਿਚਾਣ ਕਰਕੇ ਉਸਨੂੰ ਤੁਰੰਤ ਚੈੱਕਅਪ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਅਤੇ ਐਂਬੂਲੈਂਸ ਗੱਡੀ ਰਾਹੀਂ ਨੌਜਵਾਨ ਲੜਕੀ ਨੂੰ ਭੇਜਿਆ ਗਿਆ ਅਤੇ ਉਸਦੇ ਟੈਸਟ ਕੀਤੇ ਜਾ ਰਹੇ ਨੇ। ਇਸ ਬਾਰੇ ਦੁਬਈ ਤੋਂ ਆਈ ਲੜਕੀ ਨੇ ਦੱਸਿਆ ਕਿ 4 ਦਿਨ ਪਹਿਲਾਂ ਭਾਰਤ ਆਈ ਸੀ ਤੇ ਉਹ ਕੋਰੋਨਾ ਦੇ ਡਰ ਕਾਰਨ ਏਅਰਪੋਰਟ ਤੋਂ ਭੱਜ ਗਈ ਸੀ। ਪੁਲਿਸ ਨੇ ਦੱਸਿਆ ਕਿ ਲੜਕੀ ਜੋ ਦੁਬਈ ਤੋਂ ਆਈ ਸੀ ਇਸ ਦੀ ਇਤਲਾਹ ਸਾਨੂੰ ਮਿਲੀ ਸੀ। ਸਾਡੇ ਤੋਂ ਬਚਣ ਲਈ ਉਹ ਕਿਸੇ ਮੋਟਰਸਾਈਕਲ ਸਵਾਰ ਤੋਂ ਲਿਫਟ ਲੈ ਕੇ ਆਪਣੇ ਪਿੰਡ ਆ ਰਹੇ ਸੀ। ਹੁਣ ਇਸ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਭੇਜਿਆ ਜਾ ਰਿਹਾ ਹੈ। ਇਹ ਲੜਕੀ 4 ਦਿਨ ਕਿੱਥੇ ਰਹੀ ਅਤੇ ਕਿਸ ਨਾਲ ਰਹੀ, ਕੀ ਇਹ ਕੋਰੋਨਾ ਬਿਮਾਰੀ ਨਾਲ ਪੀੜਿਤ ਤਾਂ ਨਹੀਂ, ਇਹ ਤਾਂ ਲੈਬ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਦਿੱਲੀ ਏਅਰਪੋਰਟ ਤੇ ਕਿੱਥੋਂ ਕਿਹੜੀ ਕੰਟਰੀ 'ਚ ਆਏ ਜੀ? ਦੁਬਈ ਤੋਂ। ਕਿੱਦਣ ਦੇ ਆਏ ਜੀ? ਚਾਰ ਪੰਜ ਦਿਨ ਪਹਿਲਾਂ ਜੀ। ਕੀ ਨਾਂ ਤੇਰਾ? ਰਾਜਿੰਦਰ ਕੌਰ। ਪਿੰਡ? ਜਰਮਤਪੁਰ। ਜਰਮਤਪੁਰ ਦੇ ਜੀ? ਹਾਂਜੀ। ਤੇ ਤੁਸੀਂ ਉੱਥੇ ਗਏ ਨਹੀਂ ਹਸਪਤਾਲ ਆਪਣਾ ਚੈੱਕਅਪ ਕਰਾਉਣ ਲਈ ਜਿੱਦਣ ਬਾਹਰੋਂ ਆਏ ਜੀ? ਉਹ ਕਹਿੰਦੇ ਸੀ ਜੇ ਲਿਆ ਤਾਂ ਕਰਕੇ ਮੈਂ ਆ ਗਈ ਸੀ। ਦੇਰ ਉੱਥੇ ਭੱਜ ਗਿਆ ਜੀ ਨਾ? ਕਿੱਥੋਂ ਭੱਜੇ ਜੀ? ਦਿੱਲੀ ਏਅਰਪੋਰਟ। ਦਿੱਲੀ ਏਅਰਪੋਰਟ ਭੱਜ ਕੇ ਆਈ ਤੇ ਅੱਜ ਇੱਥੇ ਕਿੱਥੇ ਪਹੁੰਚੀ ਆ? ਇੱਥੇ ਮੈਂ ਰਸਤੇ 'ਚ ਆਉਣ ਦੀ ਸਾਂ, ਇਹਨਾਂ ਨੇ ਨਾਕੇ ਤੋਂ ਫੜਿਆ। ਬਾਪ ਦਾ ਕੀ ਨਾਂ ਆ? ਜਗੀਰ ਸਿੰਘ। ਕਿੱਦਣ ਦੇ ਆਏ ਜੀ ਉੱਥੋਂ? ਆਪਣਾ ਪਿੰਡ ਦੱਸਿਆ ਵਾ ਜਮਾਤਪੁਰ, ਡੈਡੀ ਦਾ ਨਾਂ ਜਗੀਰ ਸਿੰਘ, ਇਹਦਾ ਨਾਮ ਹੈਗਾ ਜੀ ਜਸਵਿੰਦਰ ਕੌਰ ਪੂਜਾ। ਇਹ ਦੁਬਈ ਤੋਂ ਆਈ ਆ ਜੀ। ਕਿੰਨੀ ਤਰੀਕ ਦੀ ਆਈ ਆ? ਇਹ 3-4 ਦਿਨ ਪਹਿਲਾਂ ਤੇ ਆਈ, ਦੱਸਿਆ ਇਹਨੇ ਆਪਣੇ ਆਪ ਨੂੰ। ਅੱਛਾ ਜੀ। ਹਾਂਜੀ, ਉੱਥੋਂ ਏਅਰਪੋਰਟ ਤੋਂ ਦਿੱਲੀ ਤੋਂ ਭੱਜ ਕੇ ਆਈ ਹੈ ਜੀ। ਸਾਨੂੰ ਮੈਸੇਜ ਵੀ ਆਇਆ ਸੀ। ਅੱਛਾ ਜੀ। ਸਾਨੂੰ ਮੈਸੇਜ ਆਇਆ ਸੀ ਟੈਲੀਫੋਨ ਰਾਹੀਂ ਅਤੇ ਅਸੀਂ ਨਾਕੇ ਲਾਏ ਸੀ ਕਰਕੇ ਇਹਨੂੰ ਫੜੇ ਅਤੇ ਸਾਨੂੰ ਲਿਆਣ ਕੇ ਮਹਿਕਮਾ ਹਸਪਿਟਲ ਭੇਜਤਾ ਇਹਨੂੰ ਜੀ। ਤਰਨ ਤਾਰਨ ਤੋਂ ਕੁਲਦੀਪ ਦੀ ਰਿਪੋਰਟ।